ਓਟਵਾ ਵਿੱਚ ਕੈਨੇਡੀਅਨ ਆਰਮੀ ਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਦੀ ਸ਼ਮੂਲੀਅਤ ਨਾਲ ਵੱਖਰੇ ਹੀ ਰੰਗ ਵਿੱਚ ਰੰਗੀ ਗਈ। ਓਟਵਾ ਡਾਊਨਟਾਊਨ ਰਾਹੀਂ ਗੁਜ਼ਰੇ ਇਸ 5 ਕਿਲੋਮੀਟਰ ਲੰਬੇ ਮੁਕਾਬਲੇ ਵਿੱਚ ਦੋਵਾਂ ਹਸਤੀਆਂ ਤੋਂ ਇਲਾਵਾ ਅੰਗਹੀਣਾਂ ਨੇ ਵੀ ਬੜੇ ਜੋਸ਼ ਅਤੇ ਜਨੂੰਨ ਨਾਲ ਹਿੱਸਾ ਲਿਆ। ਟਰੂਡੋ ਨੇ 22:37 ਅਤੇ 4 ਮਾਈਕਰੋਸੈਕਿੰਡ ਦਾ ਟਾਈਮ ਲੈਂਦਿਆਂ ਦੌੜ ਮੁਕੰਮਲ ਕੀਤੀ ਅਤੇ 364ਵੇਂ ਸਥਾਨ 'ਤੇ ਰਹੇ। ਸਰਦਾਰ ਸੱਜਣ 25:45 ਅਤੇ 1 ਮਾਈਕਰੋਸੈਕਿੰਡ ਦਾ ਸਮਾਂ ਲੈ ਕੇ 945ਵੇਂ ਸਥਾਨ 'ਤੇ ਰਹੇ। ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਕ੍ਰਿਸ ਕੋਚ ਨੇ ਐਤਵਾਰ ਨੂੰ ਟਰੂਡੋ ਨਾਲ ਮੁਲਾਕਾਤ ਕੀਤੀ। ਪੂਰੀ ਤਰ੍ਹਾਂ ਨਾਲ ਵਿਕਸਿਤ ਨਾ ਹੋਈਆਂ ਲੱਤਾਂ ਅਤੇ ਬਾਹਾਂ ਤੋਂ ਸੱਖਣੇ ਇਸ ਸ਼ਖਸ ਨੇ ਹਾਫ ਮੈਰਾਥਨ ਸਕੇਟਬੋਰਡ ਦੀ ਮਦਦ ਨਾਲ ਪੂਰੀ ਕੀਤੀ। ਕੈਨੇਡਾ ਆਰਮੀ ਰਨ ਅਸਲ ਵਿੱਚ ਜ਼ਖਮੀ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕਰਵਾਈ ਜਾਣ ਵਾਲੀ ਸਾਲਾਨਾ ਦੌੜ ਹੈ। ਇਸ ਵਾਰ ਇਸ ਦੌੜ ਦਾ ਇਹ 10ਵਾਂ ਐਡੀਸ਼ਨ ਸੀ। ਇਸ ਦੌੜ ਦੀ ਸ਼ੁਰੂਆਤ 2008 ਵਿੱਚ ਹੋਈ ਅਤੇ ਉਸ ਸਮੇਂ 700 ਦੌੜਾਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ ਅਤੇ ਅੱਜ ਇਸ ਸਮੇਂ 22,000 ਦੇ ਲਗਭਗ ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈਣ ਲਈ ਆਉਂਦੇ ਨੇ।